ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਵੀਕਐਂਡ ਲੰਘ ਕੇ ਹਟਿਆ ਇਸ ਵੀਕਐਂਡ ਦੇ ਉੱਤੇ ਕੀ ਕੀ ਸਰਗਰਮੀਆਂ ਰਹੀਆਂ ਆ ਬਾਹਰਲੇ ਮੁਲਕਾਂ ਦੇ ਜਿਹੜੇ ਲੋਕ ਨੇ ਕੈਨੇਡਾ ਆਉਣਾ ਚਾਹ ਰਹੇ ਨੇ ਉਹਨਾਂ ਦੇ ਵਾਸਤੇ ਟੂਟੋ ਨੇ ਕੀ ਸੰਦੇਸ਼ ਦਿੱਤਾ ਹੈ ਅਨਟਰੀਓ ਦੇ ਵਿੱਚ ਇੱਕ ਨਸਲੀ ਵਾਰਦਾਤ 'ਚ ਇੱਕ ਪਰਿਵਾਰ ਦੇ ਚਾਰ ਜੀ ਜਿਹੜੇ ਆ ਉਹ ਮਾਰੇ ਗਏ ਆ ਟ੍ਰਾਂਟੋ ਦੇ ਵਿੱਚ ਨਸਲਵਾਦੀ ਇੱਕ ਵਿਅਕਤੀ ਦਾ ਜਿਹੜਾ ਬਹੁਤ ਨਾਮ ਵੱਧ ਰਿਹਾ ਕਿਸੇ ਵੇਲੇ ਉਹਦਾ ਪੁੱਤ ਲੋਕਾਂ ਨੇ ਪੱਟ ਕੇ ਪਾਣੀ ਦੇ ਵਿੱਚ ਸੁੱਟ ਦਿੱਤਾ ਕ੍ਰਿਕਟ ਖਿਡਾਰੀ ਹਰਪਜਨ ਪੱਜੀ ਚਰਚਾ ਦੇ ਵਿੱਚ ਨੇ ਉਹਨਾਂ ਨੂੰ ਲੈ ਕੇ ਇੱਕ ਬਾਅਦ ਛੜਿਆ ਹੋਇਆ ਅਕਾਲ ਤਖਤ ਸਾਹਿਬ ਦੇ ਉੱਤੇ ਸ਼ੀਧੀ ਸਮਾਗਮ ਹੋਇਆ ਬੜੀ ਇੱਕ ਸੁਰਤਾ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਹੌਲੀ ਹੌਲੀ ਦਿਨ ਜਿਹੜੇ ਆ ਨਾਰਮਲ ਵਾਂਗ ਹੋ ਰਹੇ ਆ ਜਿੱਥੇ ਖਬਰਾਂ ਵੀ ਪਹਿਲਾਂ ਕਰੋਨਾ ਦੇ ਨਾਲੇ ਸ਼ੁਰੂ ਕਰੀ ਦੀਆਂ ਸੀਗੀਆਂ ਕਿ ਕਿੰਨੇ ਵਿਅਕਤੀ ਪੀੜਤ ਆ ਕਿੰਨਿਆਂ ਦੀਆਂ ਮੌਤਾਂ ਹੋ ਗਈਆਂ ਉਹ ਜਿਹੜਾ ਰੁਝਾਨ ਆ ਹੌਲੀ ਹੌਲੀ ਘਟ ਰਿਹਾ ਆ ਤੇ ਉਮੀਦ ਆ ਕਿ ਇਹ ਹੌਲੀ ਹੌਲੀ ਖਤਮ ਹੋ ਜਾਊਗਾ ਦੁਨੀਆ ਇੱਕ ਵਾਰੀ ਫਿਰ ਜਿਹੜੀ ਆ ਉਹ ਨੋਰਮਲ ਹੋ ਜਾਊਗੀ ਜਦੋਂ ਦੁਨੀਆ ਨੋਰਮਲ ਹੁੰਦੀ ਹੈ ਤਾਂ ਨਾਲ ਦੀ ਨਾਲ ਦੁਨੀਆ ਦੀਆਂ ਸਰਗਰਮੀਆਂ ਵੀ ਨੋਰਮਲ ਹੋਣ ਲੱਗ ਪੈਂਦੀਆਂ ਵੀਕੈਂਡ ਦੇ ਉੱਤੇ ਐਤਕੀ ਕਾਫੀ ਜਿਹੜੀਆਂ ਸਰਗਰਮੀਆਂ ਸੀ ਸਭ ਤੋਂ ਵੱਡੀ ਗੱਲ ਤਾਂ ਵੈਨਕੂਵਰ ਦੇ ਵਿੱਚ ਹਰ ਸਾਲ 1984 ਦੇ ਕੱਲੂ ਕਰ ਦੇ ਸਬੰਧ ਵਿੱਚ ਇੱਕ ਪ੍ਰੋਟੈਸਟ ਇੱਕ ਕੈਂਡਲ ਲਾਈਟ ਵਿਜੀਲ ਲੀਕਿਆ ਜਾਂਦਾ ਇਸ ਸਾਲ ਵੀ ਇਹ ਕੈਂਡਲ ਲਾਈਟ ਵਿਜੀਲ ਜਿਹੜਾ ਲੀਕਿਆ ਗਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਜਿਨ੍ਹਾਂ ਨੇ ਮੋਮਬਤੀਆਂ ਜਗਾ ਕੇ 984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਭਾਰਤ ਸਰਕਾਰ ਦੀ ਨਿਖੇਧੀ ਕੀਤੀ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਸੀ ਵੈਨਕੂਵਰ ਆਟ ਗੈਦਰੀ ਵਿਖੇ ਉਹਦੇ ਦੂਜੇ ਪਾਸੇ ਮੂਲ ਨਿਵਾਸੀ ਬੱਚਿਆਂ ਦੇ ਨਾਲ ਜੋ ਧੱਕਾ ਹੋਇਆ 215 ਬੱਚਿਆਂ ਦੇ ਪਿੰਜਰ ਮਿਲੇ ਆ ਉਹਨਾਂ ਦੀ ਇੱਕ ਯਾਦ ਜਿਹੜੀ ਆ ਸਜਾਈ ਗਈ ਆ ਲੋਕ ਉੱਥੇ ਜਾ ਕੇ ਵੀ ਮੂਲ ਨਿਵਾਸੀ ਭਾਈਚਾਰੇ ਨੂੰ ਮਿਲਦੇ ਰਹੇ ਇਸ ਦੇ ਨਾਲ ਹੀ ਵੀਕੈਂਡ ਦੇ ਉੱਤੇ ਜਿਹੜਾ ਬੀਸੀ ਦਾ ਸ਼ਹਿਰ ਹੈ ਬਸਫੋਰਿਆ ਉਥੋਂ ਕੈਮਲੂਪਸ ਦੇ ਰੈ residențial ਸਕੂਲ ਤੱਕ ਇੱਕ ਰਾਈਡ ਲਿਖੀ ਗਈ ਸੀ ਉਹ ਕੈਮਲੂਪਸ ਦਾ ਰੈ residențial ਸਕੂਲ ਜਿੱਥੋਂ ਕਿ ਹਾਲ ਹੀ ਦੇ ਵਿੱਚ 215 ਮੂਲ ਨਿਵਾਸੀ ਬੱਚਿਆਂ ਦੇ ਪਿੰਜਰ ਮਿਲੇ ਆ ਇਸ ਰਾਈਡ ਦੇ ਵਿੱਚ 200 ਤੋਂ ਉੱਪਰ ਲੋਕ ਜਿਹੜੇ ਸ਼ਾਮਲ ਹੋਏ ਜੋ ਕਿ ਆਪੋ ਆਪਣੇ ਮੋਟਰਸਾਈਕਲਾਂ ਦੇ ਉੱਤੇ ਤੇ ਗੱਡੀਆਂ ਦੇ ਵਿੱਚ ਸਵਾਰ ਸੀਗੇ ਉੱਥੇ ਜਾ ਕੇ ਇਹਨਾਂ ਨੇ ਮੂਲ ਨਿਵਾਸੀ ਭਾਈਚਾਰੇ ਦੇ ਨਾਲ ਆਪਣਾ ਦੁੱਖ ਪ੍ਰਗਟਾਇਆ ਤੇ ਇਹ ਸੋਲੀਡੈਰਟੀ ਜਿਹੜੀ ਉੱਥੇ ਜਿਤਾਈ ਗਈ ਕਿ ਹਾਂ ਅਸੀਂ ਤੁਹਾਡੇ ਦੁੱਖ ਵਿੱਚ ਵੀ ਸ਼ਰੀਕ ਆਂ ਜੇ ਗਾਂਹ ਕੋਈ ਸੰਘਰਸ਼ ਲੜਨਾ ਅਸੀਂ ਤੁਹਾਡੇ ਨਾਲ ਜਿਹੜੇ ਆ ਖੜੇ ਆ ਇਸ ਮੌਕੇ ਮੂਲ ਨਿਵਾਸੀਆਂ ਨੇ ਅਤੇ ਹੋਰ ਲੋਕਾਂ ਨੇ ਇਸ ਗੱਲ ਦੀ ਬਹੁਤ ਸ਼ਲਾਘਾ ਕੀਤੀ ਉੱਥੇ ਸਿੱਖ ਅਰਦਾਸ ਜਿਹੜੀ ਹੈ ਬੱਚਿਆਂ ਦੇ ਨਿਮਿਤ ਉਹ ਵੀ ਕੀਤੀ ਗਈ ਮੂਲ ਨਿਵਾਸੀਆਂ ਦੇ ਆਗੂਆਂ ਨੇ ਕੈਮਲੂਪ ਸ਼ਹਿਰ ਦੇ ਆਗੂਆਂ ਨੇ ਸਿੱਖਾਂ ਦੇ ਜੈਸਚਰ ਦਾ ਬਹੁਤ ਹੀ ਨਿਗਾ ਸਵਾਗਤ ਕੀਤਾ ਅਤੇ ਕਿਹਾ ਕਿ ਅਸੀਂ ਸਕਲ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਮੌਕੇ ਸਾਡੇ ਲਈ ਗੱਲ ਕਰਨ ਜਿਹੜੀਆਂ ਪਹੁੰਚੇ ਆਂ ਇਸ ਮੌਕੇ ਕੁਝ ਬੁਲਾਰਿਆਂ ਨੇ ਬੋਲਦਿਆਂ ਮੂਲ ਨਿਵਾਸੀਆਂ ਨਾਲ ਹੋਏ ਧੱਕੇ ਦੀ ਗੱਲ 84 ਦੇ ਨਾਲ ਰੇਟ ਗੱਲ ਕਰਕੇ ਵੀ ਕੀਤੀ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਤੁਹਾਡੇ ਬੱਚਿਆਂ ਵਾਂਗੂ ਬੱਚੇ ਮਾਰੇ ਗਏ ਆ ਨੌਜਵਾਨ ਲਾਪਤਾ ਕੀਤੇ ਗਏ ਆ ਅਸੀਂ ਤੁਹਾਡਾ ਦਰਦ ਜਿਹੜਾ ਇਸ ਕਰਕੇ ਸਮਝ ਸਕਦੇ ਆ ਕਿਉਂਕਿ ਇਹ ਦਰਦ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖ ਕੌਮ ਨੇ ਵੀ ਹੰਡਾਇਆ ਇਸੇ ਦੌਰਾਨ ਵੀਕੈਂਡ ਦੇ ਉੱਤੇ ਟਰੱਕਰ ਜਿਹੜੇ ਆ ਪੋਰਟ ਦੇ ਉੱਤੇ ਟਰੱਕ ਚਲਾਉਣ ਵਾਲੇ ਉਹਨਾਂ ਨੇ ਜਿਹੜੇ ਬੀਸੀ ਦੇ ਲੇਬਰ ਮਿਨਿਸਟਰ ਹੈਰੀ ਬੈਂਸ ਅਤੇ ਮਿਨਿਸਟਰ ਰਵੀ ਕਾਲੋਂ ਦੇ ਦਫ਼ਤਰਾਂ ਦੇ ਬਾਹਰ ਮਜਾਰਾ ਲਿਖਿਆ ਹੋਇਆ ਸੀਗਾ ਇਸ ਮਜਾਰੇ ਦੇ ਵਿੱਚ ਵੀ 300 ਦੇ ਕਰੀਬ ਜਿਹੜੇ ਆ ਲੋਕ ਸ਼ਾਮਲ ਹੋਏ ਹਾਲਾਂਕਿ ਮੰਤਰੀਆਂ ਦਾ ਕੋਈ ਵੀ ਅਧਿਕਾਰੀ ਇਹਨਾਂ ਤੋਂ ਕੋਈ ਮੰਗ ਪੱਤਰ ਲੈਣ ਇਹਨਾਂ ਦੀ ਮੰਗ ਮੰਨਣ ਵਾਸਤੇ ਹਾਜ਼ਰ ਨਹੀਂ ਸੀਗਾ ਤੇ ਹੁਣ ਇਹ ਜਿਹੜਾ ਮਜਾਰਾ ਅਗਲੇ ਹਫ਼ਤੇ ਵੀ ਕੀਤਾ ਜਾ ਸਕਦਾ ਹੈ ਹਜੇ ਉਹਨਾਂ ਨੇ ਅਨਾਉਂਸ ਕਰਨਾ ਆ ਪਰ ਇਸ ਵਾਸਤੇ ਵਿਚਾਰਾਂ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਲੋਕ ਰੀਕ ਕਰ ਰਹੇ ਆ ਕਿ ਕਿਹੜੀ ਘੜੀ ਕੈਨੇਡਾ ਖੁੱਲੇ ਤਾਂ ਪੰਜਾਬ ਤੋਂ ਤੇ ਹੋਰ ਥਾਂ ਤੋਂ ਲੋਕ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਕੰਮਾਂ ਕਰਾਂ ਦੇ ਵਾਸਤੇ ਪੜਨ ਦੇ ਵਾਸਤੇ ਜਿਹੜੇ ਆ ਜਾਂ ਵਕੇਸ਼ਨ ਕਰਨ ਦੇ ਵਾਸਤੇ ਪਹੁੰਚਣ ਇਸ ਵਾਸਤੇ ਕੈਨੇਡਾ ਸਰਕਾਰ ਦੇ ਉੱਤੇ ਬਹੁਤ ਪ੍ਰੈਸ਼ਰ ਜਿਹੜਾ ਹੈ ਇਸ ਵੇਲੇ ਪਿਆ ਹੋਇਆ ਪ੍ਰਧਾਨ ਮੰਤਰੀ ਜੋਸਨ ਟਰੂਡੋ ਜਿਹੜੇ ਕੇ ਸੰਬੋਧਨ ਕਰੇ ਸੀ ਇੱਕ ਵਾਲਚਰ ਕਾਨਫਰੰਸ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਫੇਸ ਦਰ ਫੇਸ ਲੜੀ ਵਾਰ ਜਿੱਦਾਂ ਕੈਨੇਡਾ ਖੋਲਣ ਦੇ ਵਾਸਤੇ ਵਿਚਾਰਾਂ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਇੰਟਰਨੈਸ਼ਨਲ ਵਿਜ਼ਟਰ ਜਿਹੜੇ ਆ ਉਹ ਬਹੁਤ ਜਲਦ ਕੈਨੇਡਾ ਆਉਣ ਇੱਥੇ ਆ ਕੇ ਘੁੰਮਣ ਫਿਰਨ ਤੇ ਉਸ ਵਾਸਤੇ ਜਿਹੜੀਆਂ ਪਾਬੰਦੀਆਂ ਆ ਕਿਵੇਂ ਨਰਮ ਕਰਨੀਆਂ ਆ ਉਹਦੇ ਵਾਸਤੇ ਅਸੀਂ ਪਲਾਨ ਜਿਹੜਾ ਆ ਤਿਆਰ ਕਰ ਰਹੇ ਆ ਪਰ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਦੇ ਵਿੱਚ ਲੋਕਾਂ ਨੂੰ ਬਾਹਰ ਲਿਆਉਣ ਨੂੰ ਉਦੋਂ ਹੀ ਆਉਣ ਦੀ ਆਗਿਆ ਦੇ ਸਕਦੇ ਆ ਜਦੋਂ ਪੂਰੀ ਤਰ੍ਹਾਂ ਵੈਕਸੀਨੇਟਡ ਹੋਣਗੇ ਸੋ ਪੂਰੀ ਤਰ੍ਹਾਂ ਵੈਕਸੀਨੇਟਡ ਦਾ ਮਤਲਬ ਇਹੀ ਨਿਕਲਦਾ ਹੈ ਕਿ ਜਦੋਂ ਦੋ ਦੋ ਟੀਕੇ ਜਿਹੜੇ ਆ ਸਾਰਿਆਂ ਦੇ ਲੱਗੇ ਹੋਣਗੇ ਕਰੋਨਾ ਦੇ ਉਹ ਵੀ ਉਹ ਟੀਕੇ ਜਿਹੜੇ ਕਿ WHO ਤੋਂ ਅਪਰੂਵ ਆ ਤੇ ਫਿਰ ਕੈਨੇਡਾ ਉਹ ਲੋਕ ਜਿਹੜੇ ਆ ਉਹ ਆ ਸਕਣਗੇ ਉਹ ਕਹਿੰਦੇ ਅਸੀਂ ਚਾਹੁੰਦੇ ਆ ਕਿ ਲੋਕ ਜਿਹੜੇ ਇੱਥੇ ਵੱਧ ਤੋਂ ਵੱਧ ਆਉਣ ਘੁੰਮਣ ਫਿਰਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਰ ਨਾਲ ਦੀ ਨਾਲ ਅਸੀਂ ਇਹ ਵੀ ਚਾਹੁੰਦੇ ਆ ਕਿ ਕਿਤੇ ਲੋਕ ਬਿਮਾਰੀ ਨਾ ਲੈ ਕੇ ਆਉਣ ਉਹ ਉਹ ਬਿਮਾਰੀ ਜਿਹੜੀ ਅਸੀਂ ਬਹੁਤ ਔਖੇ ਹੋ ਕੇ ਕੰਟਰੋਲ ਕੀਤੀ ਆ ਅਸੀਂ ਨਹੀਂ ਚਾਹੁੰਦੇ ਬਾਹਰਲੇ ਮੁਲਕ ਤੋਂ ਇੱਥੇ ਆਵੇ ਅਤੇ ਮੁੜ ਕੇ ਫਿਰ ਸਾਨੂੰ ਉਹੋ ਜਿਹੀਆਂ ਪਾਬੰਦੀਆਂ ਲਾਕਡਾਊਨਸ ਦਾ ਜਿਹੜਾ ਸਾਹਮਣਾ ਕਰਨਾ ਪਵੇ ਇਸ ਕਰਕੇ ਉਹ ਕਹਿੰਦੇ ਅਸੀਂ ਥੋੜੀ ਜਿਹੀ ਜ਼ਿਆਦਾ ਸਤਰਕਤਾ ਜਿਹੜੀ ਆ ਰੱਖ ਰਹੇ ਆ ਤੇ ਟੂਟੋ ਨੇ ਇਸ ਮੌਕੇ ਇਹ ਗੱਲ ਵੀ ਕਹੀ ਹੈ ਕਿ ਹੱਲੇ ਹਾਲ ਦੀ ਘੜੀ ਸਾਡੀਆਂ ਬਾਰਡਰ ਰੈਸਟ੍ਰਿਕਸ਼ਨਸ ਖੋਲਣ ਦੀ ਕੋਈ ਜਿਹੜੀ ਆ ਗੱਲਬਾਤ ਨਹੀਂ ਚੱਲ ਰਹੀ ਪਰ ਅਸੀਂ ਪਲਾਨ ਬਣਾ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੇਸ ਬਾਈ ਫੇਸ ਅਕਵੇਂ ਜਿਹੜੇ ਇਹ ਬਾਰਡਰ ਖੋਲਣੇ ਆ ਕਿਵੇਂ ਬਾਹਰਲੇ ਲੋਕਾਂ ਨੂੰ ਜੀ ਆਇਆਂ ਕਹਿਣ ਦੇ ਵਾਸਤੇ ਅਸੀਂ ਇਹ ਰਾਹ ਖੋਲਣਾ ਆ ਉਹ ਕਹਿੰਦੇ ਜਿਹੜਾ ਭਾਰਤ ਦੇ ਵਿੱਚ ਵੇਰੀਐਂਟ ਆ ਤੇ ਇੰਗਲੈਂਡ ਦੇ ਵਿੱਚ ਵੇਰੀਐਂਟ ਆ ਉਹਦੇ ਕਰਕੇ ਸਾਨੂੰ ਚਿੰਤਾ ਜਿਹੜੀ ਆ ਥੋੜੀ ਜਿਹੀ ਜ਼ਿਆਦਾ ਹੈਗੀ ਆ ਜਦੋਂ ਸਾਨੂੰ ਇਹ ਗੱਲ ਹੋ ਗਈ ਕਲੀਅਰ ਕਿ ਭਾਰਤ ਵਾਲਾ ਵੇਰੀਐਂਟ ਜਿਹੜਾ ਆ ਉਹ ਕੰਟਰੋਲ ਦੇ ਵਿੱਚ ਆ ਯੂਕੇ ਵਾਲਾ ਕੰਟਰੋਲ ਵਿੱਚ ਆ ਉਸ ਤੋਂ ਬਾਅਦ ਅ ਅਸੀਂ ਚਾਹੁੰਦੇ ਕਿ ਸਾਰੇ ਜਣੇ ਸੇਫ ਹੋਣ ਫਿਰ ਬਾਰਡਰ ਜਿਹੜੀ ਆ ਖੋਲੇ ਜਾ ਸਕਦੇ ਆ ਸੋ ਟੂ ਟੂ ਨੇ ਜਿੱਥੇ ਇੱਕ ਪਾਸੇ ਆਸਦ ਖਾਤੀ ਕਿ ਅਸੀਂ ਪਲਾਨ ਬਣਾ ਰਹੇ ਆ ਹੱਕ ਜਲਦੀ ਹੀ ਜਿਹੜਾ ਇਹਦੇ ਉੱਤੇ ਕੰਮ ਕੀਤਾ ਜਾਊਗਾ ਫੇਸ ਦਰ ਫੇਸ ਜਿਹੜਾ ਆ ਬਾਹਰਲੇ ਦੇ ਵਾਸਤੇ ਮੁੱਲ ਖੋਲਿਆ ਜਾਊਗਾ ਉੱਤੇ ਨਾਲ ਹੀ ਸਪਸ਼ਟ ਕਰਕੇ ਆਸਾਂ ਮਾਦਮ ਵੀ ਕਰ ਦਿੱਤੀਆਂ ਕਿ ਇਹਨੂੰ ਹਜੇ ਸਮਾਂ ਲੱਗ ਜਾਣਾ ਕਿਉਂਕਿ ਜਿੰਨਾ ਚਿਰ ਭਾਰਤ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਵੇਰੀਐਂਟ ਕੰਟਰੋਲ ਨਹੀਂ ਹੁੰਦੇ ਉਹਨਾਂ ਚਿਰ ਕੈਨੇਡਾ ਨੇ ਰਿਸਕ ਨਹੀਂ ਲੈਣਾ ਕਿ ਉਹ ਬਾਹਰੇ ਲੋਕਾਂ ਨੂੰ ਇੱਥੇ ਆਉਣ ਦੇਣਗੇ ਦੂਜੀ ਗੱਲ ਕਿ ਜਿੰਨਾ ਚਿਰ ਸਾਰਿਆਂ ਦੇ ਟੀਕਾ ਨਹੀਂ ਲੱਗ ਜਾਂਦਾ ਜਿੰਨੇ ਜਿਹੜੇ ਇੱਥੇ ਆਉਣਾ ਆ ਔਰ ਨਾਲ ਇਹ ਜ਼ਰੂਰੀ ਹੋਊਗਾ ਕਿ ਉਹ ਫੁਲੀ ਵੈਕਸੀਨੇਟਡ ਹੋਣ ਕਰੋਨਾ ਦੇ ਦੋਨੇ ਟੀਕੇ ਉਹਨਾਂ ਦੇ ਲੱਗੇ ਹੋਣ ਤੇ ਉਹ ਵੀ ਉਹ ਟੀਕੇ ਲੱਗੇ ਹੋਣ ਜਿਨ੍ਹਾਂ ਨੂੰ ਕਿ WHO ਵਿਸ਼ਵ ਸਿਹਤ ਸੰਸਥਾ ਮਾਨਤਾ ਦਿੰਦੀ ਆ ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੋਈ ਅਗਲੀ ਕਾਰਵਾਈ ਜਿਹੜੀ ਆ ਹੋਣੀ ਆ ਅੰਟਾਰੀਓ ਦਾ ਸ਼ਹਿਰ ਲੰਡਨ ਵੈਸੇ ਇੰਗਲੈਂਡ ਦਾ ਸ਼ਹਿਰ ਲੰਡਨ ਬੜਾ ਮਸ਼ਹੂਰ ਆ ਪਰ ਕਿਉਂਕਿ ਇੱਥੇ ਵੀ ਬਰਤਾਨਵੀ ਜਿਹੜੇ ਲੋਕਾਂ ਨੇ ਰਾਜ ਕੀਤਾ ਸੋ ਉਹਨਾਂ ਨੇ ਸ਼ਹਿਰਾਂ ਦੇ ਨਾਂ ਜਿਹੜੇ ਆ ਉਹ ਵੀ ਲਗਭਗ ਉਹੀ ਰੱਖੇ ਜਿਹੜੇ ਕਿ ਇੰਗਲੈਂਡ ਵਿੱਚ ਸੀਗੇ ਫੋਰ ਐਗਜ਼ਾਮਪਲ ਸਰੀ ਵੀ ਇੰਗਲੈਂਡ ਦੇ ਵਿੱਚ ਹੈਗਾ ਆ ਤੇ ਲੰਡਨ ਤਾਂ ਫਿਰ ਇੰਗਲੈਂਡ ਦਾ ਮਸ਼ਹੂਰ ਸ਼ਹਿਰ ਹੈਗਾ ਅਨਟਾਰੀਓ ਤੇ ਸ਼ਹਿਰ ਲੰਡਨ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਕੋ ਬਹੁਤੀਆਂ ਵਧੀਆ ਨਹੀਂ ਇੱਕ 20 ਸਾਲਾਂ ਦੇ ਗੋਰੇ ਅਤਵਾਦੀ ਵੱਲੋਂ ਇੱਕ ਮੁਸਲਮਾਨ ਪਰਿਵਾਰ ਨੂੰ ਮਾਰ ਮਕਾਉਣ ਦੇ ਵਾਸਤੇ ਜਿਹੜੀ ਆ ਇੱਕ ਗੱਡੀ ਨੂੰ ਹਥਿਆਰ ਵਜੋਂ ਵਰਤਿਆ ਗਿਆ। ਸਾਢੇ 8:00 ਵਜੇ ਰਾਤ ਨੂੰ ਜਦੋਂ ਇਹ ਮੁਸਲਮ ਪਰਿਵਾਰ ਗੱਡੀ ਦੇ ਵਿੱਚ ਰੈੱਡ ਲਾਈਟਸ ਦੇ ਉੱਤੇ ਖੜਾ ਸੀਗਾ ਤਾਂ ਇਸ 20 ਸਾਲਾਂ ਦੇ ਨੌਜਵਾਨ ਜਿਹੜਾ ਕਿ ਜਿਹਦੀ ਪਛਾਣ ਨੇਥਨਲ ਵੈਲਥ ਮੈਨ ਵਜੋਂ ਹੋਈ ਆ ਇਹਨੇ ਕਾਲੇ ਰੰਗ ਦਾ ਟਰੱਕ ਪਿੱਛੋਂ ਲਿਆ ਕੇ ਉਸ ਗੱਡੀ ਦੇ ਵਿੱਚ ਮਾਰਿਆ। ਚਸ਼ਮਦੀਤ ਗਵਾਹ ਦੱਸਦੇ ਆ ਕਿ ਇਹ ਹਾਦਸਾ ਇੰਨਾ ਆਨਲਸਕਾ ਕੇ ਜਿੰਨੇ ਚਿੱਕਾ ਹੈ ਗਿਆ ਪੀੜਤਾਂ ਦੀਆਂ ਸੁਣੀਆਂ ਨਹੀਂ ਸੀ ਜਾ ਰਹੀਆਂ ਇਸ ਹਾਦਸੇ ਦੇ ਵਿੱਚ ਇੱਕ 74 ਸਾਲਾਂ ਦੀ ਔਰਤ ਇੱਕ 47 ਸਾਲਾਂ ਦੀ ਔਰਤ ਇੱਕ 60 ਸਾਲਾਂ ਦਾ ਮਰਦ ਅਤੇ ਇੱਕ 15 ਸਾਲਾਂ ਦੀ ਨੌਜਵਾਨ ਬੱਚੀ ਜਿਹੜੀ ਆ ਉਹ ਦਮ ਤੋੜ ਗਏ ਇਸੇ ਹੀ ਪਰਿਵਾਰ ਦਾ ਬਚਿਆ ਹੋਇਆ ਇੱਕ 9 ਸਾਲ ਦਾ ਬੱਚਾ ਜਿਹੜਾ ਆ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਆ ਉਹ ਲੜ ਰਿਹਾ ਆ ਹੁਣ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਉਹ ਦੇ ਮੁਤਾਬਕ ਆ ਜਿਹੜੀ ਗੱਡੀ ਐ ਮਾਰੀ ਗਈ ਐ ਜਾਨ ਪੁੱਜ ਕੇ ਮਾਰੀ ਗਈ ਐ ਜਿਹੜਾ ਹਮਲਾਵਰ ਸੀਗਾ ਉਹ ਮੁਸਲਮਾਨਾਂ ਨੂੰ ਨਾਫਰਤ ਕਰਦਾ ਸੀਗਾ ਤੇ ਇਸ ਕਰਕੇ ਉਹਨੇ ਉਹਨਾਂ ਨੂੰ ਮਾਰਨ ਦੇ ਜਿਹੜੇ ਆ ਇਰਾਦੇ ਦੇ ਨਾਲ ਹੀ ਹਾਸਾ ਜਿਹੜਾ ਆ ਕੀਤਾ ਇਸ ਕਰਕੇ ਉਹਨੂੰ ਫਸਟ ਡਿਗਰੀ ਮਰਡਰ ਦੇ ਚਾਰजेस ਦੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਐ ਇਸ ਮੌਕੇ ਤੇ ਮੌਜੂਦ ਚਸ਼ਮਿੰਦਰ ਗਵਾਹਾਂ ਦਾ ਦੱਸਣਾ ਐ ਕਿ ਹਾਸਾ ਇੰਨਾ ਭਿਆਨਕ ਸੀ ਤੋ ਲੇ ਜਿੱਕ ਕਹਾਂ ਹਜੇ ਤਾਂ ਕੋਨੇ ਦਿਮਾਗਾਂ ਵਿੱਚੋਂ ਨਿਕਲ ਨਹੀਂ ਸਕੀਆਂ ਉਹਨਾਂ ਨੂੰ ਪਰੇਸ਼ਾਨ ਕਰ ਰਹੀਆਂ ਆ ਤੇ ਇੱਕ ਪਰਿਵਾਰ ਜਿਹੜਾ ਕਿ ਹੱਸ ਰਸ ਦਾ ਪਰਿਵਾਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਫਨਾਹ ਹੋ ਗਿਆ ਉਹਦੀ ਸੋਚ ਕੇ ਵੀ ਜਿਹੜੀ ਇਹ ਗੱਲ ਪਰੇਸ਼ਾਨੀ ਹੋ ਰਹੀ ਆ ਅ ਅੰਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਹੋਣਾ ਨੇ ਇਸ ਘਟਨਾ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹ ਕਹਿੰਦੇ ਅੰਟਾਰੀਓ ਦੇ ਵਿੱਚ ਨਫ਼ਰਤ ਅਤੇ ਸਲਾਮ ਫੋਬੀਏ ਦੇ ਵਾਸਤੇ ਪੂਰਾ ਵੀ ਜਗਾ ਨਹੀਂ ਕਈ ਲੋਕ ਜਿਹੜੇ ਕਿ ਮੁਸਲਮਾਨਾਂ ਦੇ ਪ੍ਰਤੀ ਸਲਾਮ ਪ੍ਰਤੀ ਅੰਤਾਂ ਦੀ ਨਫਸਲ ਚੱਕੀ ਫਿਰਦੇ ਆ ਇਹ ਕਬੂਲ ਨਹੀਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਤਤ ਹਮਲਾਵਰ ਨੂੰ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਜਿਹੜੀ ਆ سزا ਦਿੱਤੀ ਜਾਵੇਗੀ ਤੇ ਨਾਲ ਹੀ ਉਹਨਾਂ ਨੇ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਵੀ ਕੀਤਾ ਆ ਲੰਡਨ ਸ਼ਹਿਰ ਦੇ ਮਿਹਰ ਮਿਸਟਰ ਐਡ ਹੋਲਡਰ ਨੇ ਵੀ ਇਸ ਵਾਰਦਾਤ ਨੂੰ ਜਿਹੜਾ ਨਸਲੀਕਾਰਾ ਅਤੇ ਨਾਲ ਦੀ ਨਾਲ ਸਮੂਹਿਕ ਕਤਲਿਆਮ ਜਿਹੜਾ ਆ ਗਰਦਾਨਿਆਂ ਆ ਉਹ ਕਹਿੰਦੇ ਵੀ ਦੇਖਦੇ ਆਂ ਹੀ ਦੇਖਦੇ ਆਂ ਇੱਕ ਪਰਿਵਾਰ ਦੇ ਵਿੱਚ ਹਨੇਰਾ ਹੋ ਗਿਆ ਜਿੱਥੇ ਮੈਂ ਉਸ ਪਰਿਵਾਰ ਦੇ ਨਾਲ ਦੁੱਖ ਪ੍ਰਗਟਾਉਣਾ ਆ ਉੱਥੇ ਨਾਲ ਦੀ ਨਾਲ ਇਹ ਵੀ ਚਾਹਣਾ ਆ ਕਿ ਇਸ ਦੋਸ਼ੀ ਨੂੰ ਇਸ ਕਥਿਤ ਦੋਸ਼ੀ ਨੂੰ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਮਿਲੇ ਨਸਲਵਾਦ ਜਿਹੜਾ ਆ ਉਹ ਹੁਣ ਗੱਲਾਂ ਬਹੁਤ ਹੋਣ ਲੱਗ ਪਈਆਂ ਨੇਸਲਵਾਦ ਦੀਆਂ ਲੋਕੀ ਪੜ ਲਿਖ ਗਏ ਅਜੇ ਤੋਂ ਪੁਰਾਣੀਆਂ ਗੱਲਾਂ ਕੱਢ ਕੇ ਪੜਦੇ ਆ ਜਾਂ ਕੈਮਲੂਸ ਵਰਗੇ ਹਾਦਸੇ ਸਾਹਮਣੇ ਆਉਂਦੇ ਆ ਜਿੱਥੇ 215 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਤਾਂ ਪਤਾ ਲੱਗਦਾ ਕਿ ਜਿਹੜਾ ਪਿੱਛੇ ਸਮਾਜ ਆ ਉਹ ਕਿੰਨਾ ਨਸਲਵਾਦੀ ਸੀ ਉਹ ਲੋਕ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਕੱਲ੍ਹ ਸ਼ਹਿਰਾਂ ਦੇ ਨਾਂ ਰੱਖੇ ਹੋਏ ਆ ਕਈਆਂ ਦੇ ਜਾਂ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਸਕੂਲਾਂ ਦੇ ਸੜਕਾਂ ਦੇ ਸ਼ਾਪਿੰਗ ਮਾਲਾਂ ਦੇ ਨਾਂ ਰੱਖੇ ਹੋਏ ਆ ਇਹਨਾਂ ਨੇ ਆਪਣੇ ਕਾਲ ਦੇ ਵਿੱਚ ਬਹੁਤ ਵਾਰ ਨਸਲਵਾਦ ਕੀਤਾ ਹੋਇਆ ਬਹੁਤ ਸਾਰੇ ਲੋਕਾਂ ਦੀ ਮੌਤ ਦੇ ਵਾਸਤੇ ਉਹਨਾਂ ਤੇ ਉੱਤੇ ਹੋਏ ਜ਼ੁਲਮ ਤਸ਼ੱਦਦ ਦੇ ਵਾਸਤੇ ਜ਼ਿੰਮੇਵਾਰ ਨੇ ਰਾਈਸਨ ਯੂਨੀਵਰਸਿਟੀ ਬੜੀ ਮਸ਼ਹੂਰ ਹੈ ਅਨਟਾਰੀਓ ਦੀ ਤੇ ਇਸ ਦੇ ਜਿਹੜਾ ਇਸ ਦਾ ਨਾਮਕਰਨ ਹੈਗਾ ਜਿਸ ਸ਼ਖਸ ਦੇ ਨਾਮ ਤੇ ਰੱਖਿਆ ਗਿਆ ਐਗਟਨ ਰਾਈਸਨ ਉਹਦਾ ਬੁੱਤ ਜਿਹੜਾ ਆ ਮੂਜ਼ਾਹਰਾਂ ਕਰੀਆਂ ਨੇ ਯੂਨੀਵਰਸਿਟੀ ਚੋਂ ਖਾੜ ਕੇ ਪਾਣੀ ਚ ਸੁੱਟ ਦਿੱਤਾ ਹੈ ਲੇਕ ਸ਼ੋਰ ਦੇ ਵਿੱਚ ਬੁੱਤ ਜਿਹੜਾ ਹੈ ਉੱਥੇ ਤੱਕ ਕਸੀਟ ਕੇ ਲਜਾਇਆ ਗਿਆ ਪਹਿਲਾਂ ਇਹਦਾ ਸਿਰ ਜਿਹੜਾ ਧੜ ਤੋਂ ਅਲੱਗ ਕੀਤਾ ਗਿਆ ਫਿਰ ਇਸ ਨੂੰ ਰਸਿਆਂ ਨਾਲ ਧੂਕੇ ਲਜਾ ਕੇ ਤਾਂ ਪਾਣੀ ਦੇ ਵਿੱਚ ਡੋਬ ਦਿੱਤਾ ਗਿਆ ਤੇ ਹੁਣ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਕਹਿੰਦੇ ਆ ਵੀ ਇਹ ਜਿਹੜਾ ਬੁੱਤ ਆ ਮੋਰਕੇ ਉੱਥੇ ਜਿਹੜਾ ਨਹੀਂ ਲਾਇਆ ਜਾਊਗਾ ਸੋ ਗੱਲ ਕੀ ਹੈ ਕਿ ਮਿਸਟਰ ਰਾਇਸਨ ਦਾ ਨਾਮ ਇਸ ਕਰਕੇ ਆਇਆ ਕਿ ਜਦੋਂ ਉਹਨਾਂ ਦਾ ਜੀਵਨ ਕਾਲ ਜਿਗਾ 1882 ਦੇ ਵਿੱਚ ਉਹਨਾਂ ਦੀ ਮੌਤ ਹੋਈ ਆ ਤਾਂ ਉਹਨਾਂ ਨੇ ਕੈਨੇਡਾ ਦੇ ਜਿਹੜੇ ਰੈ residențial ਸਕੂਲ ਉਹਨਾਂ ਦੀਆਂ ਨੀਤੀਆਂ ਜੋ ਜੁਰਮ ਅਤੇ ਸ਼ਿੱਦਤ ਉੱਤੇ ਹੋਇਆ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਜਿਹੜਾ ਪਾਇਆ ਆ ਉਸ ਵੇਲੇ ਜਿਹੇ ਲੋਕਾਂ ਨੂੰ ਨੀਤੀ ਘਾੜੇ ਅ ਦੇ ਐਜੂਕੇਟਰ ਕਿਹਾ ਜਾਂਦਾ ਸੀਗਾ ਇਸੇ ਕਰਕੇ ਯੂਨੀਵਰਸਿਟੀ ਦਾ ਨਾਮ ਜਿਹੜਾ ਇਹਨਾਂ ਦੇ ਨਾਂ ਤੇ ਰੱਖਿਆ ਗਿਆ ਜਦੋਂ ਕਿ ਨਸਲਵਾਦੀ ਸੀਗੇ ਇੱਥੋਂ ਦੇ ਮੂਲ ਨਿਵਾਸੀਆਂ ਦੇ ਖਾਤਿਰ ਸੀਗੇ ਤੇ ਹੁਣ ਜਦੋਂ ਇਹ ਗੱਲਾਂ ਬਾਹਰ ਆ ਰਹੀਆਂ ਤੇ ਇਹ ਜੈਨਾ ਵਰਗੇ ਹੋਰ ਲੋਕ ਨੇ ਉਹਨਾਂ ਦੇ ਉੱਤੇ ਲੋਕੀ ਗੁੱਸਾ ਕੱਢ ਰਹੇ ਆ ਉਹਨਾਂ ਦੇ ਲੱਗੇ ਹੋਏ ਬੁੱਤ ਜਿਹੜੇ ਆ ਤੋੜੇ ਜਾ ਰਹੇ ਆ ਉਹਨਾਂ ਦੇ ਉੱਤੇ ਜਿਹੜੀਆਂ ਇਮਾਰਤਾਂ ਦੇ ਨਾਂ ਰੱਖੇ ਹੋਏ ਆ ਉਹਨਾਂ ਨੂੰ ਬਦਲਣ ਦੇ ਵਾਸਤੇ ਮੰਗ ਉੱਠ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਵਾਸੀਆਂ ਨੇ ਕੈਨੇਡਾ ਡੇ ਮਨਾਉਣਾ ਹੈ ਪਹਿਲੀ ਜੁਲਾਈ ਨੂੰ ਕੈਨੇਡਾ ਡੇ ਮਨਾਇਆ ਜਾਂਦਾ ਪਰ ਇਸ ਵਾਰ ਪੂਰੇ ਕੈਨੇਡਾ ਦੇ ਵਿੱਚ ਇੱਕ ਮਹੱਤਵ ਜ਼ੋਰ ਫੜ ਰਹੀ ਹੈ ਕਿ ਕੈਨੇਡਾ ਡੇ ਜਿਹੜਾ ਕੀ ਨਹੀਂ ਮਨਾਇਆ ਜਾਣਾ ਚਾਹੀਦਾ ਇਸ ਸੰਬੰਧੀ ਇੱਕ ਹੈਸ਼ਟੈਗ ਕੈਨਸਲ ਕੈਨੇਡਾ ਡੇ ਜਿਹੜਾ ਚੱਲ ਰਿਹਾ ਕਾਰਨ ਉਹੀ ਹੈ ਕਹਿੰਦੇ ਕਿ ਕੈਨੇਡਾ ਡੇ ਇਸ ਕਰਕੇ ਮਨਾਇਆ ਜਾਂਦਾ ਕਿ ਇੱਥੇ ਬ੍ਰਿਟਿਸ਼ ਦਾ ਰਾਜ ਹੋ ਗਿਆ ਸੀਗਾ ਉਸ ਤੋਂ ਬਾਅਦ ਵੀ ਜਿਹੜੇ ਮੂਲ ਨਿਵਾਸੀ ਉਹਨਾਂ ਦੀ ਧਰਤੀ ਖੋਹੀ ਗਈ ਉਹਨਾਂ ਤੇ ਜ਼ੁਲਮ ਕੀਤਾ ਗਿਆ ਇਸ ਵਿੱਚ ਮਨਾਉਣ ਵਾਲੀ ਕਹਿੰਦੇ ਕੋਈ ਗੱਲ ਨਹੀਂ ਹੈਗੀ ਸੈਲੀਬ੍ਰੇਟ ਕਰਨ ਵਾਲੀ ਗੱਲ ਨਹੀਂ ਹੈਗੀ ਇਹ ਇੱਕ ੱੱਟਕੇ ਨੂੰ ਯਾਦ ਕਰਨ ਵਾਲਾ ਦਿਨ ਹੈ ਇਸ ਕਰਕੇ ਉਹ ਕਹਿੰਦੇ ਵੀ ਇਸ ਸਾਲ ਜਿਹੜਾ ਆ ਘੱਟੋ ਘੱਟ ਜਦੋਂ ਕਿ 215 ਲਾਸ਼ਾਂ ਬੱਚਿਆਂ ਦੀਆਂ ਮਿਲੀਆਂ ਪਿੰਜਰ ਮਿਲੇ ਕੈਨੇਡਾ ਦੇ ਨਹੀਂ ਮਨਾਇਆ ਜਾਣਾ ਚਾਹੀਦਾ ਇਥੋਂ ਤੱਕ ਕਿ ਕੁਝ ਜਿਹੜੇ ਇੰਡੀਜਨਸ ਗਰੁੱਪਸ ਨੇ ਉਹਨਾਂ ਨੇ ਹੋਰ ਗਰੁੱਪਸ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਉਹਨਾਂ ਨਾਲ ਲੜ ਕੇ ਕੈਮਲੂਸ ਦੇ ਕੋਲ ਟਰਾਂਸ ਕੈਨੇਡਾ ਹਾਈਵੇ ਕੈਨੇਡਾ ਦੇ ਰਹਿਤਨ ਜਾਮ ਰੱਖਣ ਦੀ ਗੱਲ ਵੀ ਜਿਹੜੀ ਆਖੀ ਆ ਸੋ ਜਿਹੜੇ ਲੋਕ ਜੇ ਸਾਹ ਕੋਈ ਪ੍ਰੋਗਰਾਮ ਬਣਾਉਂਦੇ ਆ ਕਿਤੇ ਜਾਣ ਦਾ ਉਹਨਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਉਸ ਦਿਨ ਹਾਈਵੇ ਜਿਹੜਾ ਪਹਿਲੀ ਜੁਲਾਈ ਵਾਲੇ ਦੇ ਦਿਨ ਬੰਦ ਹੋ ਸਕਦਾ ਹੈ ਜੀ ਆ ਇਹ ਜੇ ਗੱਲ ਬਹਾਰਤ ਤੋਂ ਕਰੀਏ ਤਾਂ ਭਾਰਤ ਦੇ ਜਿਹੜਾ ਕੈਰੇਕਟਰ ਹਰਪ੍ਰੀਤ ਸਿੰਘ ਆ ਉਹ ਇਸ ਵੇਲੇ ਚਰਚਾ ਦੇ ਵਿੱਚ ਆ ਕੈਰੇਕਟਰ ਹਰਪ੍ਰੀਤ ਸਿੰਘ ਨੇ ਵੀਕੈਂਡ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸੰਤ ਜਰਨੈਲ ਸਿੰਘ ਉਹਨਾਂ ਦੀ ਠੱਠੇ ਹੋਏ ਕਾਲ ਤਖਤ ਸਾਹਿਬ ਦੀ ਤੇ ਹੋਰ ਚੀਜ਼ਾਂ ਦੀ ਤਸਵੀਰ ਪਾ ਕੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸੰਗੀ ਨੇ ਹੋਰ ਹਿੰਦੂਤਵੀ ਨੇ ਜਾਂ ਹੋਰ ਲਿਬਰਲ ਨੇ ਉਹ ਹੱਥ ਧੋ ਕੇ ਉਹਨਾਂ ਦੇ ਮਗਰ ਪੈ ਗਏ ਕਿ ਤੁਸੀਂ ਤਾਂ ਇਹ ਬਹੁਤ ਵੱਡੀ ਜਿਹੜੀ ਇੱਕ ਕਤਾਹੀ ਕਰ ਦਿੱਤੀ ਆ ਤੇ ਉਹਨਾਂ ਦੀ ਇੰਨੀ ਇੱਕ ਕਿਹੜੀ ਰੱਜ ਕੇ ਕੁੱਤੇਖਾਣੀ ਕੀਤੀ ਗਈ ਜਿਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਅਖੀਰ ਇੱਕ ਮਾਫੀ ਨਾਮ ਆ ਜਿਹੜਾ ਆਪਣੇ ਸੋਸ਼ਲ ਮੀਡੀਆ ਉੱਤੇ ਛਾਪਿਆ ਸੱਦ ਕਰਦਾ ਜਿਦਾਂ ਕਿ ਕਿਹਾ ਕਿ ਮੈਂ ਭਾਰਤੀ ਆ ਮੇਰਾ ਇਹਨਾਂ ਕੋਈ ਲੈਣਾ ਦੇਣਾ ਨਹੀਂ ਮੈਂ ਪਹਿਲਾਂ ਭਾਰਤ ਨਾਲ ਖੜਾ ਆ ਇਹ ਤਾਂ ਮੈਨੂੰ ਕਿਸੇ ਨੇ ਭੇਜਿਆ ਸੀ ਮੈਂ ਗਾਹਾਂ ਜਿਹੜਾ ਸ਼ੇਅਰ ਕਰ ਬੈਠਾ ਤੋ ਇਹ ਸਭ ਜਾਣਦੇ ਆ ਕਿ ਸ਼ੇਅਰ ਕਿਉਂ ਕੀਤਾ ਗਿਆ ਸੀਗਾ ਦਿਲ ਦੀਆਂ ਭਾਵਨਾਵਾਂ ਕਿਤੇ ਬਾਲਾ ਵੱਜਿਆ ਸੀਗਾ ਸ਼ੇਅਰ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਚੇਤਾ ਆਇਆ ਵੀ ਕਰੀਅਰ ਹੈਗਾ ਮੇਰੇ ਕੌਂਟ੍ਰੈਕਟ ਹੈਗੇ ਆ ਤੇ ਦਬਕੇ ਵੱਜੇ ਤੇ ਉਸ ਤੋਂ ਬਾਅਦ ਜਿਹੜੀ ਆ ਮਾਫੀ ਜਿਹੜੀ ਉਹ ਮੰਗ ਲਈ ਗਈ ਆ ਹਾਲਾਂਕਿਨ ਮਾਫੀ ਮੰਗਣ ਤੋਂ ਬਾਅਦ ਵੀ ਲੱਗਦਾ ਨਹੀਂ ਇਹ ਕਿ ਗੱਲਾਂ ਵਾਪਸ ਹੋਣਗੀਆਂ ਕਿ ਜਿਹੜੀਆਂ ਗੱਲਾਂ ਲੋਕਾਂ ਦੇ ਮਨਾਂ ਵਿੱਚ ਆ ਜਾਂਦੀਆਂ ਉਹ ਨਾ ਉਹਨਾਂ ਨੇ ਭੁੱਲਣੀਆਂ ਤੇ ਨਾ ਸਿੱਖਾਂ ਨਹੀਂ ਭੁੱਲਣੀਆਂ ਆ ਕਿ ਇਹ ਕੀ ਹੋਇਆ ਸੀਗਾ ਸੋਸ਼ਲ ਦੇ ਵਿੱਚ ਕੀ ਹੈਗਾ ਕਿ ਬਹੁਤ ਸਾਰੇ ਜਿਹੜੇ ਲੋਕ ਭਾਰਤੀ ਸਿਸਟਮ ਦੇ ਵਿੱਚ ਪੜ੍ਹਦੇ ਆ ਸਕੂਲਾਂ ਕਾਲਜਾਂ ਦੇ ਵਿੱਚ ਜੋ ਕੁਝ ਪੜਾਇਆ ਜਾਂਦਾ ਜਦੋਂ ਉੱਥੋਂ ਬਾਹਰ ਨਿਕਲਦੇ ਆ ਤਾਂ ਕੌਮੀ ਨਿਸ਼ਾਨੀਆਂ ਪ੍ਰਤੀ ਕੌਮੀ ਛੀਦਾ ਪ੍ਰਤੀ ਕੌਮ ਦੇ ਪ੍ਰਤੀ ਬਿਲਕੁਲ ਹੀ ਅਨਜਾਨ ਹੁੰਦੇ ਆ ਜੋ ਸਕੂਲੀ ਕਾਲਜੀ ਪੜਾਈ ਚ ਪੜਾਇਆ ਜਾਂਦਾ ਬਿਲਕੁਲ ਉਲਟੋਂ ਦਾ ਉਹ ਨੌਜਵਾਨ ਜਦੋਂ ਫੇ ਆ ਕੇ ਸੋਸ਼ਲ ਮੀਡੀਆ ਤੇ ਆਉਂਦੇ ਆ ਇੱਥੇ ਗੱਲਾਂਬਾਤਾਂ ਦੇਖਦੇ ਟੋਟਲੀ ਡਿਫਰੈਂਟ ਹੁੰਦੀਆਂ ਉਹਨਾਂ ਨੂੰ ਪਹਿਲਾ 3-4 ਸਾਲ ਤਾਂ ਸੈਟਲ ਹੋਣ ਦੇ ਲੱਗ ਜਾਂਦੇ ਆ ਸਟਰਗਲ ਕਰਦੇ ਆ ਕਿ ਜੋ ਮੈਪ ਪੜਿਆ ਸੀਗਾ ਉਹ ਤਾਂ ਹੋਰ ਸੀਗਾ ਜੋ ਅਸਲੀਅਤ ਹੈਗੀ ਆ ਉਹ ਹੋਰ ਆ ਫਿਰ ਜਾ ਕੇ 4-5 ਸਾਲ ਬਾਅਦ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਕਿ ਮੈਨੂੰ ਤਾਂ ਗਲਤ ਹੀ ਜਿਹੜਾ ਆ ਉਹ ਪੜਾਈ ਗਏ ਆ ਸੋ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਦਾ ਤਾਂ ਜਾ ਕੇ ਕਿਤੇ ਉਹ ਆਪਣੀ ਕੌਮ ਲਈ ਹਾ ਦਾ ਨਾਰਾ ਮਾਰਦੇ ਆ ਪਰ ਇਹ ਭੁੱਲ ਜਾਂਦੇ ਆ ਵੀ ਉਹ ਕਿੰਨਾ ਜੰਜੀਰਾਂ ਦੇ ਵਿੱਚ ਬੱਜੇ ਹੋਏ ਆ ਉਹ ਕੌਂਟਰੈਕਟ ਕਈਆਂ ਦੀਆਂ ਨੌਕਰੀਆਂ ਕਈਆਂ ਦੇ ਭੱਤੇ ਜਿਹੜੇ ਆ ਉਹ ਫਿਰ ਉਹਨਾਂ ਨੂੰ ਚੁੱਪ ਕਰਨ ਦੇ ਵਾਸਤੇ ਮਜਬ ਤੇ ਇਸੇ ਕਰਕੇ ਫਿਰ ਬਹੁਤ سارے ਲੋਕ ਜਿਹੜੇ ਜਦੋਂ ਬੁੱਢੇ ਹੋ ਜਾਂਦੇ ਆ ਰਿਟਾਇਰ ਹੋ ਜਾਂਦੇ ਆ ਉਦੋਂ ਜਾ ਕੇ ਫਿਰ ਕਿਤਾਬਾਂ ਲਿਖਦੇ ਆ ਜੀਵਨੀਆਂ ਲਿਖਦੇ ਆ ਉਹਨਾਂ ਦੇ ਵਿੱਚ ਸੱਚ ਬਿਆਨਦੇ ਆ ਹਰਪ੍ਰੀਤ ਸਿੰਘ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਪਰ ਇੱਕ ਕਿਸਮ ਅਜਿਹੀ ਵੀ ਹੈਗੀ ਆ ਕਿ ਜਿਹੜੀ ਅਧ ਖੜਾ ਹੋ ਚੁੱਕੀ ਆ ਅਧ ਵਰਚਕਾਰ ਜਾ ਕੇ ਪਤਾ ਵੀ ਲੱਗ ਚੁੱਕਿਆ ਕਿ 25 30 ਸਾਲ ਤੋਂ ਜਿਸ ਪ੍ਰੋਪਾਗੈਂਡੇ ਦੇ ਸਰਕਾਰੀ ਪ੍ਰੋਪਾਗੈਂਡੇ ਦਾ ਸ਼ਿਕਾਰ ਹੋਏ ਆ ਉਹ ਗਲਤ ਸਿਗਾ ਸਚਾਈ ਕੁਝ ਹੋਰ ਆ ਪਰ ਉਹਨਾਂ ਦਾ ਹੰਕਾਰ ਹੀ ਉਹਨਾਂ ਨੂੰ ਮੋੜ ਨਹੀਂ ਦਿੰਦਾ ਉਹ ਜਿਹੜਾ ਹੰਕਾਰ ਆ ਉਹ ਇਹ ਕਹਿੰਦਾ ਕਿ ਮੈਂ 25-30 ਸਾਲ ਤੱਕ ਵਿਰੋਧ ਕਰਦਾ ਰਿਆ ਹੁਣ ਮੈਂ ਜੇ ਮੁੜਿਆ ਤਾਂ ਲੋਕ ਕੀ ਕਹਿਣਗੇ ਇਸ ਕਰਕੇ ਉਹ ਆਪਣੇ ਸਟੈਂਡ ਦੇ ਨਾਲ ਝੂਠ ਦੇ ਨਾਲ ਹੀ ساری ਜ਼ਿੰਦਗੀ ਜਿਹੜੀ ਆ ਉਹ ਬਤਾ ਦਿੰਦੇ ਆ ਤੇ ਝੂਠ ਹੰਡਾਉਂਦੇ ਹੀ ਇਸ ਜਹਾਨ ਤੋਂ ਜਿਹੜੇ ਆ ਤੁਰ ਜਾਂਦੇ ਆ ਕਦੀ ਵੀ ਸੱਚ ਕਹਿਣ ਦੀ ਹਿੰਮਤ ਜਿਹੜੀ ਆ ਉਹ ਜ਼ੁਰਤਾਂ ਦੇ ਵਿੱਚ ਪੈਦਾ ਨਹੀਂ ਹੁੰਦੀ ਸੋ ਭਜਨ ਵਾਲੋ ਪੋਸਟ ਪਾਉਣ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਕਿ ਇੱਕ ਕੌਮੀ ਗੱਲ ਪ੍ਰਤੀ ਉਸ ਦੇ ਖੂਨ ਨੇ ਬਾਲਾ ਮਾਰਿਆ ਸੀ ਪਰ ਮਜਬੂਰੀਆਂ ਜਿਹੜੀਆਂ ਆ ਅ ਕੈਰੀਅਰ ਦੀਆਂ ਮਜਬੂਰੀਆਂ ਕੌਂਟਰੈਕਟਾਂ ਦੀਆਂ ਮਜਬੂਰੀਆਂ ਕਾਰਨ ਉਸ ਨੂੰ ਜਿਹੜਾ ਭਾਰਤੀ ਸਮਾਜ ਦੇ ਵਿੱਚ ਬੱਜੇ ਹੋਣ ਦੇ ਕਰਕੇ ਇਹ ਮਾਫੀ ਜਿਹੜੀ ਆ ਉਹ ਮੰਗਣੀ ਪਈ ਆ ਇਹ ਮਜਬੂਰੀ ਕਿਸੇ ਹੱਦ ਤੱਕ ਸਮਝਣੀ ਵੀ ਚਾਹੀਦੀ ਆ ਤੇ ਬਾਕੀ ਇਹ ਮਾਫੀ ਮੰਗ ਕੇ ਜੇ ਸਮਝਦਾ ਕਿ ਹੁਣ ਉਹਦੀ ਨਜ਼ਰਾਂ ਚੰਗਾ ਬਣ ਜਾਊਗਾ ਲੱਗਦਾ ਨਹੀਂ ਇਹ ਕਦੀ ਵੀ ਜਿਹੜੀ ਇਹ ਗੱਲ ਹੋਣੀ ਆ ਤੇ ਬਾਕੀ ਸਿਧਾਂਤਕ ਪੱਖੋਂ ਵੀ ਇਹ ਮਾਫੀ ਮੰਗਣੀ ਸਹੀ ਨਹੀਂ ਆ ਪਰ ਕਾਮਨ ਨੂੰ ਵੀ ਚਾਹੀਦਾ ਕਿ ਗੈਰ ਸਿਧਾਂਤਕ ਬੰਦਿਆਂ ਤੋਂ ਸਿਧਾਂਤਾਂ ਦੀ ਜਿਹੜੀ ਤਵੱਕੋ ਉਹ ਨਹੀਂ ਕਰਨੀ ਚਾਹੀਦੀ ਕੱਲ ਕਰਾਂਗੇ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਤੇ ਹੋਏ ਸ਼ਹੀਦੀ ਸਮਾਗਮ ਦੀ ਕਾਲ ਤਖਤ ਸਾਹਿਬ ਦੇ ਉੱਤੇ ਸ਼ਹੀਦੀ ਸਮਾਗਮ ਜਿਹੜਾ ਆ ਉਹ ਖੰਡ ਪਾਤ ਸਾਹਿਬ ਦੇ ਭੋਗ ਦੇ ਨਾਲ ਸੰਪੰਨ ਹੋਇਆ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸ਼ਹੀਦ ਪਰਿਵਾਰਾਂ ਦਾ ਜਿਹੜਾ ਸਨਮਾਨ ਇਸ ਮੌਕੇ ਕੀਤਾ ਗਿਆ ਬਹੁਤ ਚਿਰਵਾਦ ਹੋਇਆ ਕਿ ਇੱਕ ਸੁਰਤਾ ਦੇ ਨਾਲ ਇਹ ਸਮਾਗਮ ਜਿਹੜਾ ਸੰਪੰਨ ਹੋਇਆ ਕੋਈ ਜਿਹੜਾ ਆ ਝਗੜਾ ਜਾਂ ਕੋਈ ਜਿਹੜੀ ਇਹੋ ਜੀ ਗਰਮਾ ਗਰਮੀ ਜਿਹੜੀ ਆ ਦੇਖਣ ਨੂੰ ਨਹੀਂ ਮਿਲੀ ਇਹਦਾ ਕੋ ਵੱਡਾ ਕਾਰਨ ਸੀ ਕਿ ਪ੍ਰਬੰਧਕ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਟਾਸਕ ਫੋਰਸ ਐਤਕੀ ਕਾਂਗਰਸ ਤੋਂ ਤਾਂ ਦੂਰ ਹੈਗੀ ਹੈਗੀ ਆ ਭਾਜਪਾ ਤੋਂ ਵੀ ਦੂਰ ਹੋਈ ਹੋਈ ਆ ਰਾਸ਼ਟਰ ਤੋਂ ਵੀ ਦੂਰ ਆ ਇਸ ਕਰਕੇ ਪੰਥਕ ਖੇਮੇ ਦੇ ਵਿੱਚ ਹੋਣ ਕਰਕੇ ਐਤਕੀ ਵਿਰੋਧ ਵਾਲੀ ਜਿਹੜੀ ਆ ਗੱਲ ਇਹ ਨਹੀਂ ਸੀ ਤੇ ਉਲਟਾ ਹੈਰਾਨੀ ਦੀ ਗੱਲ ਇਹ ਆ ਕਿ ਐਤਕੀ ਸੁਰ ਦੇ ਨਾਲ ਸੁਰ ਜਿਹੜੀ ਆ ਉਹ ਰਲਾਈ ਗਈ ਆ ਜਦ ਅਕਾਲ ਤਖਤ ਸਾਹਿਬ ਗਿਆਨੀ ਕਾਰਜਕਾਰੀ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਕੌਮ ਦੇ ਨਾਂ ਸੰਦੇਸ਼ ਵਿੱਚ ਕਿਹਾ ਕਿ ਕਾਲ ਤੱਕ ਸੱਤ ਕੀਤਾ ਫੌਜੀ ਹਮਲਾ ਉਸੇ ਤਰ੍ਹਾਂ ਦੀ ਜੰਗ ਸੀ ਜਿਸ ਤਰ੍ਹਾਂ ਦੀ ਭਾਰਤ ਨੇ ਚੀਨ ਜਾਂ ਪਾਕਿਸਤਾਨ ਦੇ ਨਾਲ ਲੜੀ ਸੀ ਤੇ ਜਿਵੇਂ ਦੁਸ਼ਮਣ ਫੌਜ ਜਿਹੜੀ ਆ ਉਹ ਦੂਜੇ ਮੁਲਕ ਦੀਆਂ ਵਾਦੀਆਂ ਦੇ ਨਾਲ ਵਿਹਾਰ ਕਰਦੀ ਆ ਉਹੋ ਜਿਹਾ ਹੀ ਵਿਹਾਰ ਜਿਹੜਾ ਆ ਇਸ ਹਮਲੇ ਦੇ ਵਿੱਚ ਇਸ ਖੱਲੂਕਾਰੇ ਦੇ ਵਿੱਚ ਕੀਤਾ ਗਿਆ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਿੱਖ ਜਿਹੜੇ ਆ ਸਿਰ ਜੋੜ ਕੇ ਬੈਠਣ ਜਾਂ ਸਿੱਖ ਸੰਸਥਾਵਾਂ ਆ ਉਹ ਉਹਨਾਂ ਨੂੰ ਖਤਮ ਹੋਣ ਤੋਂ ਜਿਹੜਾ ਆ ਬਚਾਉਣ ਉਹਨਾਂ ਨੂੰ ਕਮਜ਼ੋਰ ਜਿਹੜਾ ਨਾ ਕੀਤਾ ਜਾਵੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਤਾਨ ਪੱਖੀ ਨਾਹਰੇਬਾਜ਼ੀ ਜਿਹੜੀ ਆ ਬੜੀ ਜੰਮ ਗਈ ਹੋਈ ਤਕਰੀਬਨ ਇੱਕ ਘੰਟਾ ਜਿਹੜੇ ਖਾਲਸਤਾਨ ਦੇ ਨਾਰੇ ਜਿਹੜੇ ਉੱਥੇ ਲੱਗਦੇ ਰਹੇ ਸੋ ਇੱਕ ਕੌਮ ਬਲੋਂਜਕਾਰਿਆਂ ਤੇ ਨਾਹਰਿਆਂ ਦੇ ਨਾਲ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਕਮਾਲ ਦੀ ਗੱਲ ਇਹ ਸੀ ਕਿ ਕਾਲ ਤਖਤ ਸਾਹਿਬ ਦੇ ਜਹੇਦਾਰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਨਾਹਰਿਆਂ ਨੂੰ ਜਾਇਜ਼ ਠਾ ਰਾਇਆ ਜੈਦਰ ਕਾਲ ਤਖਸਾ ਨੇ ਕਿਹਾ ਕਿ ਸਿੱਖ ਹਰ ਸਾਲ ਜਿਹੇ ਨਾਰੇ ਲਾ ਕੇ ਆਪਣੀ ਜਿਹੜੀ ਕੌਮੀ ਪੀੜ ਆ ਦਰਦ ਆ ਉਹਦਾ ਪ੍ਰਗਟਾਵਾ ਕਰਦੇ ਆ ਉਹ ਪੀੜ ਬਾਹਰ ਕੱਢ ਲੈਂਦੇ ਆ ਜੀ ਤੇ ਨਾਲ ਇਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਸਦਾ ਸਦਾ ਵਾਸਤੇ ਇਸ ਨੂੰ ਤੀਜੇ ਖੱਲੂਕਾਰੇ ਵਜੋਂ ਜਾਣਿਆ ਜਾਵੇ ਤੀਜਾ ਖੱਲੂਕਾਰਾ ਕਿਹਾ ਜਾਵੇ ਲਿਖਿਆ ਜਾਵੇ ਆਪਰੇਸ਼ਨ ਬਲੂ ਸਟਾਰ ਜਿਹਾ ਕ ਨੀਲਾ ਤਾਰਾ ਕਹਿਣ ਤੋਂ ਗਰੇਜ਼ ਕੀਤਾ ਜਾਵੇ ਸੋ ਦੇਖੋ ਜਦੋਂ ਬਾਦਲ ਕੇ ਸੱਤਾ ਤੋਂ ਦੂਰ ਹੁੰਦੇ ਆ ਤਾਂ ਉਹਨਾਂ ਦੇ ਜਿਹੜੇ ਹੇਠਲੇ ਕਰਮਚਾਰੀ ਆ ਉਹ ਵੀ ਪੰਥਕ ਗੱਲਾਂ ਕਰਨ ਲੱਗ ਪੈਂਦੇ ਆ ਸੋ ਜੇ ਇਹੀ ਗੱਲ ਸਹੀ ਹੈ ਤਾਂ ਲੱਗਦਾ ਕਿ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਤਾ ਤੋਂ ਦੂਰੇ ਰਹਿਣ ਕਿਉਂਕਿ ਫਿਰ ਇਹ ਪੰਥਕ ਬਣੇ ਰਹਿੰਦੇ ਆ ਉਹ ਗੱਲ ਕਰਦੇ ਆ ਜਿਹੜੀ ਕਿ ਪੰਥ ਨੂੰ ਚੰਗੀ ਲੱਗਦੀ ਆ ਪੰਥਕ ਦੀ ਚੜ੍ਹਦੀ ਕਲਾ ਦੇ ਵਾਸਤੇ ਇਹ ਕੁਝ ਨਾ ਕੁਝ ਕਰਦੇ ਰਹਿੰਦੇ ਆ ਤੇ ਅੱਜ ਕੀ ਵੀ ਦੇਖਣ ਨੂੰ ਜਿਹੜਾ ਆ ਉਹ ਹੀ ਮਿਲਿਆ ਕਿ ਬੀਬੀ ਜ਼ਗੀਰ ਕੌਰ ਹੋਣੀ ਜਿਹੜੇ ਹਕਾਲ ਤੱਕ ਸਾਬ ਹੋਣੀ ਉਹਨਾਂ ਨੂੰ ਇਤਕੀ ਖਾਲਸਤਾਨ ਜਿੰਦਾਬਾਦ ਦੇ ਨਾਅਰੇ ਤੱਕ ਦੇ ਵੀ ਕੋਈ ਉਜਰ ਨਹੀਂ ਹੋਇਆ ਜਦੋਂ ਕਿ ਇਹ ਨਹੀਂ ਗੱਲਾਂ ਪਿੱਛੇ ਬੀਤਿਆਂ ਸਾਲਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਜਿਹੜੀ ਆ ਉਹ ਨੌਜਵਾਨ ਅਖੀਰ ਵਿੱਚ ਆਪਾਂ ਗੱਲ ਕਰਾਂਗੇ ਜੂਨ 7 1984 ਦੀ ਜੇ ਗੱਲ ਕਰੀਏ 6 ਜੂਨ ਤੱਕ ਜਿਹੜਾ ਆ ਫੌਜ ਵੱਲੋਂ ਕਹਿਰ ਵਰਤਾਇਆ ਜਾ ਚੁੱਕਾ ਸੀਗਾ ਹਜ਼ਾਰਾਂ ਸ਼ਰਦਾਲੂ ਮਾਰੇ ਜਾ ਚੁੱਕੇ ਸੀਗੇ ਦਰਬਾਰ ਸਾਹਿਬ ਦੀ ਰਾਖੀ ਲਈ ਜੂਝ ਰਹੇ ਸਿੰਘ ਜਿਹੜੇ ਆ ਉਹ ਇੱਕ ਇੱਕ ਕਰਕੇ ਸਾਰੇ ਸ਼ਹੀਦ ਹੋ ਚੁੱਕੇ ਸੀਗੇ 6 ਜੂਨ ਤੱਕ ਸੰਤ ਜਰਨੈਲ ਸਿੰਘ ਜੀ ਜਰਨਲ ਸੁਬੇਕ ਸਿੰਘ ਹੋਣੀ ਬਾਬਾ 18 ਸਿੰਘ ਹੋਣੀ ਪਾਈ ਅਮਰੀਕ ਸਿੰਘ ਹੋਣੀ ਤੇ ਹੋਰ 150 ਦੇ ਕਰੀਬ ਸਿੰਘ ਜਿਹੜੇ ਆ ਉਹ ਸ਼ਹੀਦੀ ਪਾ ਚੁੱਕੇ ਸੀਗੇ ਪਰ ਇਸ ਤੋਂ ਬਾਅਦ ਅ ਫੌਜ ਵੱਲੋਂ ਜਿਹੜੀ ਹੈ ਲੁੱਟਣ ਦੀ ਕਾਰਵਾਈ ਰੰਭੀ ਗਈ। ਪੋਸ਼ਾਖਾਨਾ ਲੁੱਟਿਆ ਗਿਆ ਜਿਹਦੇ ਵਿੱਚ ਕਿ ਬਹੁਤ ਹੀ ਬੇਸ਼ਕੀਮਤੀ ਹੀਰੇ ਜਵਾਹਰਤ ਅਤੇ ਹੋਰ ਗਿਫਟ ਜਿਹੜੇ ਅੰਡਰਸਾਂ ਤੋਂ ਮਿਲੇ ਸੀਗੇ ਉਹ ਸ਼ਾਮਲ ਸੀਗੇ ਤੇ ਸਭ ਤੋਂ ਵੱਡਾ ਖਜ਼ਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਆ ਉਹ ਲੁੱਟ ਕੇ ਉਹ ਗ੍ਰੰਥ ਉਹ ਖਰੜੇ ਉਹ ਦਸਤਾਵੇਜ਼ ਚੱਕ ਕੇ ਲੈ ਜਾਏ ਗਏ ਟਰੰਕਾਂ 'ਚ ਭਰ ਕੇ ਤੇ ਬਾਕੀ ਬਚੇ ਸਮਾਨ ਨੂੰ ਅੱਗ ਲਾ ਕੇ ਜਿਹੜਾ ਉਹ ਸਾੜ ਦਿੱਤਾ ਗਿਆ। ਸੋ ਇਹ ਜਿਹੜੀ ਗੱਲ ਕਈ ਵਾਰ ਲੱਗਦਾ ਹੁੰਦਾ ਕਿ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕਿਹੜੇ ਆਈਟਮ ਮੰਮ ਬਣਾਉਣ ਦੇ ਫਾਰਮੂਲੇ ਪਏ ਸੀ। ਜਿਹੜਾ ਕਿਸ ਨੂੰ ਲੁੱਟਿਆ ਗਿਆ ਹਮਲੇ ਤੋਂ ਬਾਅਦ ਜਿਹੜਾ ਇਹਨੂੰ ਨਿਸ਼ਾਨਾ ਬਣਾ ਕੇ ਅੱਗ ਲਾਈ ਗਈ ਗੱਲ ਇਹ ਹੀ ਆ ਕਿ ਇਸ ਦੇ ਵਿੱਚ ਇੰਨੇ ਕਿ ਬੇਸ਼ਕੀਮਤੀ ਗ੍ਰੰਥ ਸਗੇ ਖੜੇ ਰੇ ਸਗੇ ਇਸ ਦਾ ਨਾਂ ਹੀ ਸਿਕ ਰੈਫਰੈਂਸ ਲਾਇਬ੍ਰੇਰੀ ਤਾਂ ਆ ਕਿ ਦੇ ਵਿੱਚ ਰੈਫਰੈਂਸ ਪਏ ਸਗੇ ਜਿਵੇਂ ਕਿ ਹੁਣ ਬਵਾਦ ਛੇੜ ਜਾਂਦੇ ਆ ਕਈ ਵਾਰੀ ਕਿਸੇ ਗੱਲ ਨੂੰ ਲੈ ਕੇ ਕਿ ਆਹ ਗੱਲ ਕਿਸ ਨੇ ਲਿਖੀ ਆ ਜਾਂ ਨਹੀਂ ਲਿਖੀ ਆਹ ਗੱਲ ਸਹੀ ਆ ਜਾਂ ਗਲਤ ਆ ਤਾਂ ਰੈਫਰੈਂਸ ਲੈਣ ਦੇ ਵਾਸਤੇ ਇਹੋ ਜਿਹੇ ਖੜੜੇ ਦਸਤਾਵੇਜ਼ ਉਹ ਮੌਜੂਦ ਸਗੇ ਜਿਹੜੇ ਕਿ ਭਾਰਤੀ ਫੌਜ ਵੱਲੋਂ ਜਾਂ ਜਲਾ ਦਿੱਤੇ ਗਏ ਤੇ ਜਾਂ ਉਹ ਚੁੱਕ ਕੇ ਲੈ ਗਏ ਹੁਣ ਕੱਲ ਨੂੰ ਕਦੀ ਵੀ ਉਹ ਮਲਾਵਟ ਉਹਨਾਂ ਵਿੱਚ ਕਰਕੇ ਛੱਡ ਸਕਦੇ ਆ ਜਾਂ ਛੱਡ ਚੁੱਕੇ ਆ ਜਿਹਨੂੰ ਲੈ ਕੇ ਜਿਹੜਾ ਸਿੱਖ ਪੰਥ ਹੈ ਉਹ ਕਦੀ ਦਿਫਾੜ ਹੋ ਸਕਦਾ ਆ ਜਾਂ ਹੋ ਜਾਂਦਾ ਆ ਸੋ ਇਹ ਜਿਹੜੀ ਗੱਲਬਾਤ ਆ ਇਹ ਲੁੱਟ ਹੈਗੀ ਆ ਉਹ ਕਹਿ ਸਕਦੇ ਆ ਕਿ ਜਿਹੜੀਆਂ ਗਲਤਫਹਿਮੀਆਂ ਖਦਸ਼ੇ ਤੋਖਲੇ ਇਸ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਪਏ ਗ੍ਰੰਥਾਂ ਖਰੜੀਆਂ ਦਸਤੇ ਜਿਹਨਾਂ ਨੇ ਦੂਰ ਕਰਨੇ ਸੀਗੇ ਉਹ ਜਾਣਬੁੱਝ ਕੇ ਲੁੱਟੇ ਗਏ ਜਾਂ ਜਾਲੇ ਗਏ ਤਾਂ ਕਿ ਸਿੱਖ ਕੌਮ ਇਹਨਾਂ ਵਿਵਾਦਾਂ ਵਿੱਚ ਘਿਰੇ ਰਵੇ ਗਾਹਾਂ ਲੜਦੀ ਰਵੇ ਸੋ ਜਿਹੜੇ ਦੇਸ਼ ਭਗਤ ਸਿੱਖ ਹੱਲੇ ਵੀ ਇਹ ਸੋਚਦੇ ਆ ਕਿ ਸੰਤ ਜਰਨੈਲ ਸਿੰਘ ਕਰਕੇ اٹੈਕ ਹੋਇਆ ਅਜਾ ਉਹਨਾਂ ਨੂੰ ਗ੍ਰਿਫਤਾਰ ਕਰਨ ਜਾਂ ਖਾਤਮੇ ਵਾਸਤੇ ਜਿਹੜਾ اٹੈਕ ਹੋਇਆ ਲੰਗਰਾਂ ਦੇ ਉੱਤੇ ਕੋਈ ਐਫ ਆਈ ਆਰ ਵੀ ਦਰਜ ਨਹੀਂ ਸਗੀ ਨਾ ਵਾਂਟਡ ਸੀ ਉਹਨਾਂ ਕੋਲ ਇਸ ਗੱਲ ਦਾ ਜਵਾਬ ਹੈ ਨੀਗਾ ਕਿ 6 ਜੂਨ 1984 ਨੂੰ ਹਮਲਾ ਮੁੱਕ ਜਾਣ ਤੋਂ ਬਾਅਦ ਸਿੰਘ ਸ਼ਹੀਦ ਹੋਣ ਤੋਂ ਬਾਅਦ 7 ਜੂਨ 1984 ਨੂੰ ਇਸ ਲਾਇਬ੍ਰੇਰੀ ਨੂੰ ਲੁੱਟ ਕੇ ਅੱਗ ਕਿਉਂ ਲਾਈ ਗਈ ਇਸ ਲਾਇਬ੍ਰੇਰੀ ਦੇ ਵਿੱਚ ਕਿਹੜੇ ਹਥਿਆਰ ਬਰਾਮਦ ਹੋਏ ਇਸ ਲਾਇਬ੍ਰੇਰੀ ਦੇ ਵਿੱਚ ਕਿਹੜੇ ਸਿੰਘ ਜਿਹੜੇ ਆ ਉਹ ਲੋਕੇ ਬੈਠੇ ਸੀ ਜਿਨ੍ਹਾਂ ਨੂੰ ਖਤਮ ਕਰਨ ਦੇ ਵਾਸਤੇ ਅੱਗ ਲਾਈ ਇਹਨਾਂ ਗੱਲਾਂ ਦੇ ਜਵਾਬ ਹੈ ਨਹੀਂਗੇ ਸੋ ਇਹ ਮੰਨਣਾ ਪੈਣਾ ਕਿ ਹਮਲੇ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਫੂਕ ਦੇਣਾ ਸਿੱਖਾਂ ਦੀ ਸੱਭਿਆਚਾਰਕ ਵਿਰਾਸਤ ਨੂੰ ਤਬਾਹ ਕਰਨਾ ਸੀਗਾ ਦੁਨੀਆ ਭਰ ਦੇ ਵਿੱਚ ਜਿੱਥੇ-ਕਿੱਥੇ ਵੀ ਨਸਲ ਕੁਸ਼ੀ ਹੋਈ ਹੈ ਉੱਥੇ ਲਾਇਬ੍ਰੇਰੀਆਂ ਜਿਹੜੀਆਂ ਫੁਕੀਆਂ ਗਈਆਂ ਚਾਹੇ ਮਿਡਲ ਈਸਟ ਦੇ ਵਿੱਚ ਆਪਾਂ ਹੁਣ ਆਈਸੀਐਸ ਆਈਐਸਐਲ ਦੀ ਗੱਲ ਕਰ ਲਈਏ ਚਾਹੇ ਇਸ ਤੋਂ ਪਹਿਲਾਂ ਬਹੁਤ ਪੁਰਾਣੇ ਸਮੇਂ ਵਿੱਚ ਨਲੰਦਾ ਯੂਨੀਵਰਸਿਟੀ ਤਕਸ਼ਲਾ ਯੂਨੀਵਰਸਿਟੀ ਨੂੰ ਜਾਲਣ ਡਬੋਣ ਦੀ ਗੱਲ ਕਰ ਲਈਏ ਜਾਫਨਾ ਲਾਇਬ੍ਰੇਰੀ ਨੂੰ ਤਬਾਹ ਕਰਨ ਦੀ ਗੱਲ ਕਰੀਏ ਸੋ ਇਹ ਤੱਗਪਗ ਉਹੀ ਸਾਰਾ ਕੁਝ ਸੀ ਜਿਸ ਦੇ ਅਧੀਨ ਤੁਹਾਡੇ ਹੀ ਵਿਰਾਸਤੀ ਸੱਭਿਆਚਾਰਕ ਜਿਹੜੀ ਨਸਲ ਕੁਸ਼ੀ ਆ ਉਹ ਕੀਤੀ ਜਾਂਦੀ ਹੈ ਸੋ ਕੋਮਾ ਹਾਰਦੀਆਂ ਹਨ ਤਾਂ ਜਿਹੜੀਆਂ ਉਹਨਾਂ ਦਾ ਸੋਨਾ ਵੀ ਪਿੱਤਲ ਹੋ ਜਾਂਦਾ ਜਦੋਂ ਜਦੋਂ ਕੋਮ ਕੋਈ جنگ ਲੜਦੀ ਆ ਵਕਤ ਹੀ ਤੌਰ ਦੇ ਉਤੇ ਹਾਰ ਜਾਂਦੀ ਆ ਤਾਂ ਉਹਨਾਂ ਦਾ ਜਿਹੜਾ ਸੋਨਾ ਆ ਉਹ ਵੀ ਪਿੱਤਲ ਕਰਕੇ ਜਾਣਿਆ ਜਾਂਦਾ ਉਹਨਾਂ ਦੀ ਕਹੀ ਜਿਹੜੀ ਸਹੀ ਗੱਲ ਹੁੰਦੀ ਆ ਉਹ ਵੀ ਝੂਠੇ ਪ੍ਰੋਪਾਗੈਂਡ ਦੇ ਨਾਲ ਝੂਠ ਕਰ ਦਿੱਤੀ ਜਾਂਦੀ ਆ ਤੇ ਜਦੋਂ ਜਿਹਨਾਂ ਦਾ ਰਾਜ ਹੁੰਦਾ ਜਿਹੜੇ ਜੇਤੂ ਹੁੰਦੇ ਆ ਉਹਨਾਂ ਦਾ ਝੂਠ ਜਿਹੜਾ ਉਹ ਵੀ ਵਿਕਦਾ ਉਹਨਾਂ ਦਾ ਪਾਣੀ ਵੀ ਦੁੱਧ ਕਹਿ ਕੇ ਵਿਕਦਾ ਹੁਣ ਤੁਸੀਂ ਦੇਖ ਸਕਦੇ ਆ ਕਿ ਰਾਜ ਕਰਨ ਵਾਲਿਆਂ ਦਾ ਪਾਣੀ ਤਾਂ ਛੱਡੋ ਦੁੱਧ ਤਾਂ ਛੱਡੋ ਉਹਨਾਂ ਦਾ ਗੋਹਾ ਤੇ ਮੂਤਰ ਜਿਹੜਾ ਆ ਉਹ ਵੀ ਵਿਕ ਰਿਹਾ ਹੈਗਾ ਆ ਕਈਆਂ ਦੀ ਸੋਚ ਤੇ ਹੈਰਾਨੀ ਹੁੰਦੀ ਆ ਜਿਹੜੀ ਕਿ ਹੱਲੇ ਵੀ ਪੜੇ ਲਿਖੇ ਆਪਣੇ ਆਪ ਨੂੰ ਕਹਿੰਦੇ ਆ ਪਰ ਇਹ ਗੱਲ ਜਿਹੜੀ ਆ ਫੜ ਕੇ ਬੈਠੇ ਆ ਕਿ ਜੇਕਰ ਕਿਤੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਅਕਾਲ ਤਖਤ ਸਾਹਿਬ ਤੇ ਨਾ ਹੁੰਦੇ ਤਾਂ ਇਹ ਹਮਲਾ ਜਿਹੜਾ ਆ ਉਹ ਨਹੀਂ ਹੋਣਾ ਸੀਗਾ ਜੇ ਸੰਤ ਆ ਨਾ ਕਰ ਦਿੱਤਾ ਇਦਾਂ ਨਹੀਂ ਸੀ ਹੋਣੀ ਜੇ ਸੰਤ ਉਹ ਨਾ ਕਰ ਦਿੱਤਾ ਇਦਾਂ ਨਹੀਂ ਸੀ ਹੋਣੀ ਜੇ ਹਥਿਆਰ ਨਾ ਰੱਖਦੇ ਤਾਂ ਇਦਾਂ ਨਹੀਂ ਸੀ ਹੋਣੀ ਪਰ ਉਹਨਾਂ ਕੋਲ ਇਸ ਗੱਲਾਂ ਦਾ ਜਵਾਬ ਹੈ ਨਹੀਂ ਗਾਇਰਾਂ ਦਾ ਕਿ ਦਿੱਲੀ ਦੀਆਂ ਸੜਕਾਂ ਤੇ ਸਿੱਖ ਕਿਹੜੀਆਂ ਬੰਦੂਕਾਂ ਲੈ ਕੇ ਬੈਠੇ ਸੀਗੇ ਕਿਹੜਾ ਪਿੰਡਾਂ ਵਾਲਾ ਉੱਥੇ ਖੜਾ ਸੀਗਾ ਜਿਹੜੇ ਦਿੱਲੀ ਦੇ ਘਰਾਂ ਚੋਂ ਕੱਢ-ਕੱਢ ਕੇ ਲੋਕ ਜਿਹੜੇ ਆ ਉਹ ਮਾਰੇ ਗਏ ਹਾਲ ਦੀਆਂ ਗੱਲਾਂ ਨੇ ਆ ਗੁਰਦੁਆਰਾ ਗਿਆਨ ਗੋਦੜੀ 84 ਤੋਂ ਬਾਅਦ ਢਾਹ ਦਿੱਤਾ ਗਿਆ ਉੱਥੇ ਸਕਾਉਟ ਆਫਿਸ ਬਣਾਇਆ ਹੋਇਆ ਆ ਗੁਰਦੁਆਰਾ ਡਾਂਗਮਾਰ ਸਾਹਿਬ ਜਿਹੜਾ ਹੈ ਉਹ ਢਾਹ ਦਿੱਤਾ ਗਿਆ ਗੁਰਦੁਆਰਾ ਮੰਗੂ ਮੱਠ ਉਹਦੇ ਉੱਤੇ ਕਬਜ਼ਾ ਕਰ ਲਿਆ ਗਿਆ ਉੱਥੇ ਕਿਹੜਾ ਪਿੰਡਾਂ ਵਾਲਾ ਜਿਹੜਾ ਆ ਉਹ ਬੈਠਾ ਸੀਗਾ ਜੀ ਹੁਣ ਦੀਆਂ ਹੀ ਗੱਲਾਂ ਨੇ ਉੱਥੇ ਕੌਣ ਬਾਕੀ ਸਿੱਖਾਂ ਦਾ ਤਾਂ ਹਥਿਆਰ ਰੰਗ ਨੇ ਗੁਰੂ ਸਾਹਿਬ ਨੇ ਵੀ ਸ਼ਾਸਤਰ ਧਾਰੀ ਹੋਣ ਲੈ ਕੇ ਆ ਪਰ ਜਿਹੜੀ ਹੈ ਕੌਮਾਂ ਦੇ ਕੋਲ ਹਥਿਆਰ ਨਹੀਂ ਸੀ ਕਿ ਉਹਨਾਂ ਨੂੰ ਤਾਂ ਉਹ ਨਹੀਂ ਬਖਸ਼ੇ ਉਹ ਲੋਕ ਬੋਧੀ ਜਿਹੜੇ ਕਿ ਸ਼ਾਂਤੀ ਵੰਡੇਦੇ ਫਿਰਦੇ ਆ ਭਾਰਤ ਵਿੱਚ ਉਹ ਜਜ਼ਬ ਕਰ ਲਏ ਗਏ ਖਤਮ ਕਰ ਦਿੱਤੇ ਗਏ ਜੈਨੀ ਜਿਹੜੇ ਕਿ ਮੂੰਹ ਦੇ ਉੱਤੇ ਕੱਪੜਾ ਬੰਨ ਕੇ ਰੱਖਦੇ ਆ ਕਿ ਕੀੜੀ ਵੀ ਥੱਲੇ ਇਹਨਾਂ ਨਾਲ ਆ ਜਵੇ ਕਿਤੇ ਜਾਂ ਮੂੰਹ ਦੇ ਥਾਣੇ ਕੋਈ ਜੀਵ ਜਿਹੜਾ ਆ ਉਹ ਅੰਦਰ ਨਾ ਚਲਾ ਜਾਵੇ ਜਿਹੜਾ ਦਿਸਦਾ ਤੱਕ ਨਹੀਂ ਹੈਗਾ ਉਹ ਜਜ਼ਬ ਕਰ ਲਏ ਉਹ ਖਤਮ ਕਰ ਲਏ ਸੋ ਇਹ ਗੱਲਾਂ ਜਿਹੜੀਆਂ ਇੱਕ ਜਿਵੇਂ ਸੀ ਆ ਨਾ ਕਰ ਦਿੱਤਾ ਏਦਾਂ ਨਾ ਹੁੰਦਾ ਇਹ ਇੱਕ ਆਪਣੇ ਆਪ ਦੇ ਵਿੱਚ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਆ ਗੁਲਾਮਾਂ ਦੇ ਵਿੱਚ ਅਕਸਰ ਇਹ ਭਾਵਨਾ ਹੁੰਦੀ ਆ ਕਿ ਜਿਹੜੀ ਵੀ ਗਲਤੀ ਆ ਉਹ ਮੇਰੀ ਆ ਉਹ ਮੇਰੇ ਕਰਕੇ ਹੋਇਆ ਸਾਡੇ ਚ ਤਾਂ ਬਹੁਤਿਆਂ ਨੂੰ ਇਹ ਨਹੀਂ ਪਤਾ ਵੀ ਅਕਾਲ ਤਖ ਸਾਡਾ ਗੁਰਦੁਆਰਾ ਆ ਜਾਂ ਅਕਾਲ ਤਖਤ ਆ ਵੀ ਉਹ ਸਿੱਖਾਂ ਦਾ ਤਖਤ ਆ ਜਿਹਨੂੰ ਗੁਰੂ ਸਾਹਿਬ ਨੇ ਦਿੱਲੀ ਦੇ ਤਖਤ ਤੋਂ ਉੱਚਾ ਰੱਖ ਕੇ ਕੁਝ ਫੋਟੋ ਬਣਾਇਆ ਇੱਥੇ ਸਿੱਖਾਂ ਨੂੰ ਵਧੀਆ ਹਥਿਆਰ ਵਧੀਆ ਘੋੜੇ ਲਿਆਉਣ ਦੀ ਜਿਹੜੀ ਆ ਇਹ ਉਹਨਾਂ ਨੂੰ ਚੜਾਉਣ ਦੇ ਲਈ ਬੇਨਤੀ ਕੀਤੀ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਇਸ ਐਂਗਲ ਦੇ ਉੱਤੇ ਕਾਲ ਤਖਤ ਸਾਹਿਬ ਉਹ ਸਾਰਿਆ ਕਿ ਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਦਿਖਾਈ ਦਿੰਦਾ ਆ ਦਰਬਾਰ ਸਾਹਿਬ ਤੋਂ ਕਾਲ ਤਖਤ ਦਿਖਾਈ ਨਹੀਂ ਦਿੰਦਾ ਮਤਲਬ ਕਿ ਧਰਮ ਨੇ ਰਾਜਨੀਤੀ ਵੱਲ ਨਹੀਂ ਦੇਖਣਾ ਰਾਜਨੀਤੀ ਧਰਮ ਵੱਲ ਦੇਖ ਸਕਦੀ ਆ ਤੁਹਾ ਆਪਣਾ ਗਿਆਨ ਵਧਾਈਏ ਹੋਰ ਪੜ੍ਹੀਏ ਹੋਰ ਸੁਣੀਏ ਕਿਉਂਕਿ ਨਾ ਜਿਹੜੀਆਂ ਸਾਰੇ ਸਵਾਲ ਜਿਹੜੇ ਕਿੰਤੂ ਪ੍ਰੰਤੂ ਕੀਤੇ ਜਾਂਦੇ ਆ ਇਹਨਾਂ ਦੇ ਜਵਾਬ ਤਾਂ ਹੀ ਮਿਲ ਸਕਦੇ ਆ ਜਵਾਬ ਹੈਗੇ ਆ ਪਰ ਜਦੋਂ ਤੁਸੀਂ ਪੜ੍ਹਦੇ ਸੁਣਦੇ ਨਹੀਂ ਤਾਂ ਫਿਰ ਲੋਕ ਜਿਹੜੇ ਆ ਉਹ ਜਵਾਬ ਜਿਹੜਾ ਆ ਉਹਨਾਂ ਕੋਲ ਨਹੀਂ ਹੁੰਦਾ ਤਾਂ ਕਈ ਵਾਰੀ ਝੂਠੇ ਪੜਨਾ ਪੈਂਦਾ ਬਾਕੀ ਅਖੀਰ ਵਿੱਚ ਇਹੀ ਜਿਹਾ ਕਿ ਸ਼ਹੀਦਾਂ ਦੇ ਉੱਤੇ ਮਾਣ ਕਰੀਏ ਇਹ ਕੱਲੂਕਾਰਾ ਨਾ ਭੁੱਲਿਆ ਜਾ ਸਕਦਾ ਨਾ ਪਹਿਲਾ ਸਿੱਖ ਕੱਲੂਕਾਰਾ ਭੁੱਲਿਆ ਨਾ ਦੂਜਾ ਭੁੱਲਿਆ ਨਾ ਤੀਜਾ ਭੁੱਲਿਆ ਜਾ ਸਕਦਾ ਆ ਜਿੰਨਾ ਚਿਰ ਸਿੱਖ ਕੌਮ ਦਾ ਇੱਕ ਵੀ ਬੰਦਾ ਜਿਉਂਦਾ ਆ ਇਹ ਕੱਲੂਕਰ ਆ ਜਿਹੜਾ ਉਹਦੀ ਯਾਦ ਇਸ ਤਰ੍ਹਾਂ ਹੀ ਮਨਾਈ ਜਾਂਦੀ ਤੇ ਉਹ ਕੀ ਜੀ ਧੰਨਵਾਦ ਤੇ ਪ੍ਰੋਗਰਾਮ ਖਤਮ ਕਰਨ ਦੀ ਅਗਿਆ ਵਰਚੋ ਕੱਲ ਨੂੰ ਹੋਰ ਗੱਲਬਾਤ ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ